ईवन पंजाबी टीवी देख रहे हो तुसी ते मैं हां तुहाडे नाल अनीता शर्मा। बटाला विखे प्राइवेट बस मालिकां अते ड्राइवरां दे द्वारा प्रदर्शन किया गया। इस मौके तमाम बसां दा पहिया जाम करके हड़ताल की गई। इस दे नाल ही गलबात करदे उन्हां कहा कि सरकार दे वल्लों महिलावां नूं जो मुफ्त सफर की सुविधा दी गई है उसके कारण ट्रांसपोर्ट विभाग नूं काफी ज्यादा नुकसान हो रहा है ते इह सहूलत केवल जरूरतमंद महिलावां नूं ही मिलनी चाहीदी है। इस दे नाल ही गलबात करदे उन्हां दे वल्लों होर कई मंगां भी सरकार दे अगे रखियां गईआं ने। ਤੇ ਇਸ ਮੌਕੇ ਕੀ ਗੱਲਬਾਤ ਹੋਈ ਆ ਆਓ ਸੁਣਾਉਂਦੇ ਆ। ਧਰਨਾ ਜੀ ਹੈ ਜੋ ਰੋਡਵੇਜ਼ ਦੇ ਵਿੱਚ ਆਪਾਂ ਸਰਕਾਰ ਨੇ ਫ੍ਰੀ ਜੋ ਸਵਾਰੀਆਂ ਦਾ ਕੀਤਾ ਹੈ ਇਹ ਜੋ ਲੇਡੀਜ਼ ਨੇ ਫ੍ਰੀ ਇਹ ਤੇ ਸਾਰੇ ਜੋ 80-80 90-90 ਹਜ਼ਾਰ ਲੱਖ ਲੱਖ ਰੁਪਈਆ ਜੋ ਤਨਖਾਹਾਂ ਲੈ ਰਹੇ ਆ ਉਹ ਫ੍ਰੀ ਜਾ ਰਹੇ ਆ। ਜੋ ਘਰ ਦੀਆਂ ਜੋ ਘਰ ਵਾਲੇ ਪਿੰਡੂ ਗਰੀਬ ਜਨਤਾ ਉਹਦੇ ਬਹੁਤ ਘੱਟ ਇਹਦਾ ਫਾਇਦਾ ਲੈ ਰਹੀ ਹੈ। ਜੇ ਸਰਕਾਰ ਨੇ ਫਾਇਦਾ ਦੇਣਾ ਤਾਂ ਸਾਡੀ ਰਸੋਈ 'ਚ ਦੇਵੇ ਜੋ ਵੀ ਕੀ ਨਾਲ ਦਾ ਸਾਡੇ ਘਰੇਲੂ ਜਿਹੜੀਆਂ ਜਨਾਨੀਆਂ ਨੇ ਜੋ ਵੀ ਆ ਉਹਨਾਂ ਵਾਸਤੇ ਜਿਹੜੀਆਂ ਨਾ 1000 ਰੁਪਈਆ ਸਕੀਮ ਚਲਾਈ ਸੀ ਇਹ ਉਹ ਕਰ ਦੇਣ। ਇੱਕ ਤਾਂ ਰੋਡਵੇਜ਼ ਡੁੱਬ ਰਹੀ ਹੈ ਇੱਕ ਪ੍ਰਾਈਵੇਟ ਡੁੱਬ ਰਹੀ ਹੈ। ਅਸੀਂ ਜਦੋਂ ਦਾ ਵੀ ਇਹ ਸਿਸਟਮ ਹੋਇਆ ਸਾਡੇ ਜਿੱਥੇ 6 ਟਾਈਮ ਸੀ 6 ਬੱਸਾਂ ਦਾ ਅਸੀਂ ਟੈਕਸ ਤਾਰ ਰਹੇ ਹਾਂ ਉੱਥੇ ਸਾਡੀਆਂ 2 ਬੱਸਾਂ ਚੱਲ ਰਹੀਆਂ। ਔਰ ਇੱਕ ਸਭ ਤੋਂ ਪਹਿਲਾਂ ਮੈਂ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਸਾਨੂੰ ਇਹ ਮਾਫੀਆ ਲਫ਼ਜ਼ ਸਾਡੇ ਨਾਂ ਜੋੜਿਆ ਗਿਆ ਹੈ ਅਸੀਂ ਮਾਫੀਆ ਕਾਹਦੇ ਹਾਂ ਸਾਨੂੰ ਮਾਫੀਆ ਸਾਬਤ ਕਰਨ। ਇੱਕ ਅੱਧਾ ਵੱਡੇ ਘਰ ਨੇ ਜੋ ਕੀਤਾ ਇਸ ਅਸੀਂ ਜਿੰਨੇ ਛੋਟੀਆਂ ਟਰਾਂਸਪੋਰਟਾਂ ਵਾਲੇ ਰਹੇ ਹਾਂ ਹੁਣ ਸਾਡੇ ਜਿੰਨੇ ਵਰਕਰ ਆ ਜੀ ਸਾਰੇ ਸਾਡੇ ਕੋਲ ਉਹ ਜਿੱਥੇ 6 ਬੱਸਾਂ ਚੱਲਣੀਆਂ ਸੀ ਉੱਥੇ 2 ਚੱਲ ਰਹੀਆਂ ਔਰ ਉਹ ਜੋ ਸਾਡੇ ਮਾਲਕ ਆ ਇਹਨਾਂ ਨੋ ਪ੍ਰੋਫਿਟ ਨੋ ਲੋਸ 'ਤੇ ਗੱਡੀਆਂ ਚਲਾਈਆਂ ਔਰ ਟੈਕਸ ਸਾਨੂੰ ਪਤਾ ਜਿੱਦਾਂ ਇਹਨਾਂ ਨੇ ਘਰੋਂ ਲਿਆ ਕੇ ਟੈਕਸ ਮੇਰੇ ਹੱਥੀਂ ਟੈਕਸ ਤਰੇ ਆ। ਸਰਕਾਰ ਟੈਕਸ ਦਾ ਜਿਹੜਾ ਕਹਿ ਦਿੰਦੀ ਆ ਆਹ ਤੁਹਾਨੂੰ ਮਹੀਨੇ ਜਾਂ 2 ਮਹੀਨੇ ਛੱਡ ਦਿੱਤਾ ਪੈਸਾ ਨਹੀਂ ਇਹ ਛੱਡਦੇ ਪੈਸਾ ਇਹਨਾਂ ਸਾਰਾ ਹੀ ਲੈਣਾ। ਪਰ ਵੇਖੋ ਜੀ ਮੈਂ ਤਾਂ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਇਹ ਜਿਹੜਾ ਫ੍ਰੀ ਦਾ ਸਿਸਟਮ ਆ ਇਹ ਬੰਦ ਹੋਣਾ ਚਾਹੀਦਾ। ਤੁਸੀਂ ਰਸੋਈਆਂ ਦੇ ਵਿੱਚ 1000 ਰੁਪਈਆ ਮਹੀਨਾ ਜੋ ਤੁਸੀਂ ਲੜਕੀਆਂ ਨੂੰ ਜਨਾਨੀਆਂ ਨੂੰ ਬੀਬੀਆਂ ਨੂੰ ਕਿਹਾ ਸੀ ਤੁਸੀਂ ਉਹ ਦੇਣਾ ਸ਼ੁਰੂ ਕਰ ਦਿਓ ਉਹਦੇ ਵਿੱਚ ਸਾਰਾ ਹੀ ਕਵਰ ਹੋ ਜਾਏਗਾ। ਬਾਕੀ ਜਿਹੜੀ ਗਰੀਬ ਜਨਤਾ ਵਾ ਉਹ ਇਹਦਾ ਕੋਈ ਨਹੀਂ ਜੇ ਲੈ ਰਹੀ ਉਹਨਾਂ ਨੇ ਵੱਧ ਤੋਂ ਵੱਧ ਅਸੀਂ ਦੇਖਦੇ ਹਾਂ ਜੀ ਦਰਬਾਰ ਸਾਹਿਬ ਜਾਣਾ ਹੁੰਦਾ ਜੋ ਪਿੰਡ ਵਾਲੇ ਆਮ ਲੇਡੀਜ਼ ਨੇ ਉਹਨਾਂ ਦਾ ਘੜੀ ਦਾ ਟਾਈਮ ਨੋਟ ਹੁੰਦਾ ਕਿ 9 ਵਜੇ ਆ ਕੇ ਮੈਂ ਮੱਝ ਦੀ ਧਾਰ ਕੱਢਣੀ ਹੈ 9 ਵਜੇ ਮੈਂ ਦਾਲ ਬਣਾਉਣੀ ਆ ਉਹ ਨਹੀਂ ਦੇਖਦੀਆਂ ਵੀ ਅਸੀਂ ਕੀ ਨਾਲ ਦਾ ਰੋਡਵੇ ਦੇ ਵਿੱਚ ਜਿਹੜਾ ਪੱਕਾ ਡੇਲੀ ਵਾਲੇ ਲੇਡੀਜ਼ ਸਫ਼ਰ ਕਰ ਰਹੇ ਆ ਉਹਨਾਂ ਉਹ ਫਾਇਦਾ ਲੈ ਰਹੇ ਆ ਲੱਖ ਲੱਖ ਰੁਪਈਆ ਤਨਖਾਹਾਂ ਲੈ ਰਹੇ ਨੇ ਉਹ ਇਹਨਾਂ ਦਾ ਫਾਇਦਾ ਲੈ ਰਹੇ ਆ। ਮੈਂ ਸਰਕਾਰ ਨੂੰ ਫਿਰ ਇਹ ਅਪੀਲ ਕਰਦਾ ਕਿ ਜੇ ਤੁਸੀਂ ਕੀ ਨਾਲ ਦਾ ਸਹੂਲਤ ਦੇਣੀ ਆ ਤੁਸੀਂ ਰਸੋਈ 'ਚ ਸਹੂਲਤ ਦਿਓ ਸਾਡਾ ਗੈਸ ਸਿਲੰਡਰ ਕੋਈ ਇੱਥੇ ਪੰਜਾਬ ਸਸਤਾ ਕਰ ਦਿਓ। ਇੱਥੇ ਦਿੱਕਤ ਆ ਰਹੀ ਬੱਸਾਂ ਪੂਰੀ ਪ੍ਰਾਈਵੇਟ ਮਹਿਕਮੇ ਨੇ ਬੰਦ ਕੀਤੀਆਂ ਹੋਈਆਂ ਉਹ ਕਹਿ ਰਹੇ ਸਰਕਾਰੀ ਬੱਸਾਂ ਦੇ ਵਿੱਚ ਜਿਹੜਾ ਆਧਾਰ ਕਾਰਡ ਵਾਲਾ ਸਿਸਟਮ ਬੰਦ ਕਰੋ ਉਹਦੇ ਕਰਕੇ ਪ੍ਰੋਬਲਮ ਪੈ ਰਹੀ ਹੈ। ਤੁਹਾਡੀ ਕੀ ਦਿੱਕਤ ਆ ਰਹੀ ਤੁਹਾਨੂੰ? ਦਿੱਕਤ ਤਾਂ ਮੇਰਾ ਤਾਂ ਵੈਸੇ ਸੋਚਣੀ ਇਹੀ ਆ ਵੀ ਆਧਾਰ ਕਾਰਡ ਸਿਸਟਮ ਬੰਦ ਹੋਣਾ ਚਾਹੀਦਾ। ਅਗਰ ਜੇ ਹੈ ਤਾਂ ਬਜ਼ੁਰਗਾਂ ਨੂੰ ਦੇਣਾ ਚਾਹੀਦਾ ਇਹ ਸਹੂਲਤ ਸਰਕਾਰ ਨੂੰ ਦੇਣੀ ਚਾਹੀਦੀ ਆ ਕਿਉਂਕਿ ਹਰ ਇੱਕ ਦਾ ਹੀ ਇਹਦੇ ਵਿੱਚ ਫਾਇਦਾ ਵਾ। ਕਿੰਨੇ ਦੇਰ ਤੋਂ ਉੱਥੇ ਖੜੇ ਹੋ? ਮੈਨੂੰ ਕਮ ਸੇ ਕਮ 2-3 ਘੰਟੇ ਹੋ ਗਏ ਉੱਥੇ ਖੜੇ ਤੋਂ। ਅਤੇ ਕੀ ਕਹਿੰਦੇ ਨੇ ਬੱਸਾਂ ਵਾਲੇ? ਨਹੀਂ ਬੱਸਾਂ ਵਾਲੇ ਪ੍ਰਾਈਵੇਟ ਤਾਂ ਬੰਦ ਹੀ ਅੱਜ ਤੱਕ ਕੋਈ ਬੱਸ ਨਹੀਂ ਆ ਰਹੀ। ਹਾਂਜੀ ਇਸ ਕਰਕੇ ਪ੍ਰੋਬਲਮ ਪੈ ਰਹੀ ਹੈ। ਇਹਦੇ ਸਿਰ ਨੂੰ ਬੁਖਾਰ ਭਰਿਆ ਲੱਥਾ ਜਾਣੀ ਹੈ ਤਾਂ ਉਹਦੀ ਦਵਾਈ ਲੈਣ ਜਾਣਾ ਵਾ। ਤੇ ਬੱਸਾਂ ਮਿਲਦੇ ਨਹੀਂ ਵੀ ਉਹ? ਨਹੀਂ ਬੱਸ ਨਹੀਂ ਕੋਈ ਵੀ ਮਿਲਦੀ। ਕੀ ਕਹਿੰਦੇ ਬੱਸਾਂ ਦੇ? ਬੱਸਾਂ ਵਾਲਿਆਂ ਨੂੰ ਪੁੱਛਿਆ ਨਹੀਂ ਜੇ ਕਹਿੰਦੇ ਬੱਸਾਂ ਬੰਦ ਵਾ। ਅੱਜ ਸਾਨੂੰ ਇਹ ਸੰਘਰਸ਼ ਤਾਂ ਕਰਕੇ ਕਰਨਾ ਪਿਆ ਕਿ ਪਿਛਲੀ ਸਰਕਾਰ ਦੀਆਂ ਮਾਰੂ ਨੀਤੀਆਂ ਨਾਲ ਪੰਜਾਬ ਦੇ ਵਿੱਚੋਂ ਟਰਾਂਸਪੋਰਟ ਨੂੰ ਖਤਮ ਕਰਨ ਦੀਆਂ ਕੁਝੀਆਂ ਚਾਲਾਂ ਸਰਕਾਰ ਚੱਲ ਰਹੀ ਹੈ ਜਿਹੜੀਆਂ ਸਰਕਾਰ ਇਹ ਵੀ ਨਵੀਂ ਸਰਕਾਰ ਵੀ ਆਈ ਆ ਇਹ ਵੀ ਉਹਨਾਂ ਦੇ ਰਾਹ ਦੇ ਤੁਰ ਪਈ। ਇੱਕ ਫ੍ਰੀ ਦੇਣਾ ਕਿੱਡੀ ਕੁ ਵੱਡੀ ਕਿੱਡੀ ਕੁ ਵਧੀਆ ਗੱਲ ਆ। 80-80 ਹਜ਼ਾਰ ਰੁਪਈਆ 90-90 ਹਜ਼ਾਰ ਰੁਪਈਆ 60-60 ਹਜ਼ਾਰ ਰੁਪਈਆ ਤਨਖਾਹ ਸਾਡੀਆਂ ਭੈਣਾਂ ਬੇਟੀਆਂ ਲੈਂਦੀਆਂ ਔਰ ਉਹ ਫ੍ਰੀ ਸਫ਼ਰ ਕਰਦੀਆਂ। ਜੇ ਸਫ਼ਰ ਫ੍ਰੀ ਦੇਣਾ ਤਾਂ 60 ਸਾਲ ਤੋਂ ਉੱਪਰ ਵਾਲੇ ਬਜ਼ੁਰਗਾਂ ਨੂੰ ਦਿੱਤਾ ਜਾਵੇ ਸਾਡੀ ਇਹ ਜ਼ਰੂਰੀ ਬੇਨਤੀ ਹੈ। ਦੂਸਰੀ ਇਹ ਗੱਲ ਆ ਵੀ ਜੇ ਪੰਜਾਬ ਦੇ ਵਿੱਚੋਂ ਆ ਪ੍ਰਾਈਵੇਟ ਅਦਾਰਾ ਬੰਦ ਹੁੰਦਾ ਨਾ ਰੋਡ ਪੰਜਾਬ ਦੀਆਂ ਬੱਸਾਂ ਤਾਂ ਰੋਡਵੇਜ਼ ਵੀ ਖਤਮ ਹੋ ਜਾਣੀ ਆ ਸਾਰੀ ਘਾਟੇ 'ਤੇ ਜਾ ਰਹੀ। ਜੇ 80-90 ਹਜ਼ਾਰ ਰੁਪਈਆ 80-90 ਲੱਖ ਰੁਪਈਆ ਬਿੱਲ ਪੰਜਾਬ ਰੋਡ ਬਟਾਲਾ ਡਿਪੂ ਦਾ ਡੀਜ਼ਲ ਦਾ ਦੇਣ ਵਾਲਾ ਜਾ ਕੇ ਪਤਾ ਕਰ ਸਕਦੇ ਹੋ। ਬਹੁਤ ਬੁਰੀ ਹਾਲਤ ਹੈ ਇਸ ਵੇਲੇ ਪੰਜਾਬ ਦੀ ਆਰਥਿਕ ਪੱਖੋਂ। ਸਾਡੀ ਬੇਨਤੀ ਆ ਸਰਕਾਰ ਨੂੰ ਵੀ ਘੱਟੋ ਘੱਟ ਜਿਹੜਾ ਕਿਰਾਇਆ ਵਾ ਇਹ ਲਾਗੂ ਕੀਤਾ ਜਾਵੇ। ਸਭ ਤੋਂ ਪਹਿਲੀ ਮੰਗ ਸਾਡੀ ਇਹ ਆ। ਦੂਸਰੀ ਸਾਡੀ ਮੰਗ ਇਹ ਆ ਵੀ ਪ੍ਰਾਈਵੇਟਾਂ 'ਤੇ ਇੰਨਾ ਜ਼ਿਆਦਾ ਬੋਝ ਆ, ਖਤਮ ਹੋ ਗਈ ਸਾਰੀ ਕਹਾਣੀ, ਡੁੱਬ ਚੁੱਕਿਆ ਸਾਰਾ ਹੀ ਰੋਡ ਵਿੱਚ ਅਦਾਰਾ ਪੰਜਾਬ ਪੰਜਾਬ ਮਿਨੀ ਬੱਸ ਆਪਰੇਟਰ ਯੂਨੀਅਨ ਵੀ ਅਤੇ ਪੰਜਾਬ ਮੋਟਰ ਯੂਨੀਅਨ ਵੀ। ਇਹਨਾਂ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਉਪਰਾਲੇ ਕਰਨੇ ਪੈਣਗੇ। ਸਭ ਤੋਂ ਪਹਿਲਾਂ ਸਾਡੇ ਟੂਲ ਮਾਫ਼ ਕੀਤੇ ਜਾਣ। ਜਿਹੜੀ ਬੱਸ ਸਟੈਂਡ ਸਾਡੇ ਕੋਲ ਅੱਡਾ ਫੀਸ ਲਈ ਜਾਂਦੀ ਆ ਉਹ ਚੱਕ ਦੀ ਦਿਨ 'ਚ ਇੱਕ ਵਾਰ ਲਈ ਜਾਵੇ। ਪਹਿਲਾਂ ਜਿਹੜਾ ਕਿਰਾਇਆ ਵਾ ਸਾਡਾ ਇਹ ਅੱਜ ਤੋਂ 10 ਸਾਲ ਪਹਿਲਾਂ ਦਾ ਵਧਿਆ, ਮੁੜ ਕੇ ਕੋਈ ਕਿਰਾਇਆ ਨਹੀਂ ਵਧਿਆ। ਸਾਡੀ ਬੇਨਤੀ ਆ
घट्टो घट 7 किलोमीटर तो पहली स्टेज तो बाद जिहड़ा पहला किराया पहली स्टेज का वो घट्टो घट 20 रुपये किया जाए जे पंजाब रोडवेज तो प्राइवेट बस अदारे चलता रखना वरना यह खत्म होना सारा कुछ। और ये लोग साढ़े जिन्हें भी चंगे बच्चे आ पढ़े लिखे जो भी नौजवान आ सारा बाहर भज रहा क्यों पंजाब खाली हो गया तबाही होगी। मेरी बेनती आ पंजाब नूं बचाउण वास्ते सरकार उपराला करे इन्हां लोकां नूं रुजगार दे और इन्हां लोकां नूं बचाया जावे। गुरदासपुर तो लकी राजपूत दी रिपोर्ट। फ्री लीफ आयुर्वेदिक ऑयल 125 बीमारियां दा संपूर्ण इलाज जिवें गठिया सर्वाइकल माइग्रेन अते शरीर विच किसी भी किस्म की दर्द क्यों ना हुंदी होवे इत्थों तक कि ब्लॉकेज दे नाल बनियां कई बीमारियां दा इको एक इलाज है फ्री रिलीफ आयुर्वैदिक ऑयल यानी कि 125 बीमारियां दा संपूर्ण इलाज। फ्री रिलीफ विजिलैक्स वेट लूज मोटापे तो परेशान होण दी जरूरत नहीं वजन घटाओ ते खुश हो जाओ। फ्री रिलीफ पावर मर्दाना कमजोरी नू खत्म करदा है ते नरक भरी जिंदगी विच लियांदा है रौनक। फ्री रिलीफ पावर कब्ज़ तो परेशान होने की हुण जरूरत नहीं है कब्ज़ तो छुटकारा पाउण लई आ गया कब्ज़ हर चूरन। कब्ज़ हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087 नंबर एक बार फिर तुसी नोट कर सकते हो 9478484087।